ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਦੀਆਂ ਹੁਣ ਤੱਕ ਦੀਆਂ 8 ਮਾਰਚ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਇੱਕ ਖਾਸ ਖਬਰ ਤੋਂ ਇੱਕ ਖਾਸ ਦਿਹਾੜੇ ਤੋਂ ਅੱਜ ਕਮਾਂਤਰੀ ਨਾਰੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਭਾਵੇਂ ਦੁਨੀਆ ਦੇ ਵਿੱਚ ਔਰਤ ਨੂੰ ਕਿਤੇ ਵੱਧ ਕਿਤੇ ਘੱਟ ਸਨਮਾਨ ਦਿੱਤਾ ਜਾਂਦਾ ਹੈ ਪਰ ਅੱਜ 8 ਮਾਰਚ ਨੂੰ ਹਰ ਸਾਲ ਇਹ ਦਿਹਾੜਾ ਰਸਮੀ ਤੌਰ ਤੇ ਮਨਾਇਆ ਹੀ ਜਾਂਦਾ ਹੈ ਤੇ ਸਾਡੇ ਵੱਲੋਂ ਦੇਸ਼ ਦੁਨੀਆ ਦੀਆਂ ਸਾਰੀਆਂ ਬੀਬੀਆਂ ਨੂੰ ਉਹਨਾਂ ਦੇ ਦਿਹਾੜੇ ਦੀਆਂ ਬਹੁਤ ਮੁਬਾਰਕਾਂ ਭਾਵੇਂ ਸੰਯੁਕਤ ਰਾਸ਼ਟਰ ਨੇ 1977 ਵਿੱਚ ਕਮਾਂਤਰੀ ਮੈਲਾ ਦਿਹਾੜਾ ਹਰ ਸਾਲ ਮਨਾਉਣ ਦਾ ਫੈਸਲਾ ਲਿਆ ਸੀ ਪਰ ਸ੍ਰੀ ਗੁਰੂ ਨਾਨਕ ਸਾਹਿਬ ਸਿੱਖ ਕੌਮ ਦੇ ਬਾਨੀ ਨੇ 500 ਸਾਲ ਪਹਿਲਾਂ ਹੀ ਆਸਾ ਕੀ ਵਾਰ ਬਾਣੀ ਦੇ ਵਿੱਚ ਬੀਬੀਆਂ ਨੂੰ ਵੱਡਾ ਥਾਂ ਦਿੰਦੇ ਹੋਏ ਉਚਾਰਣ ਕੀਤਾ ਸੀ ਸੋ ਕਿਉ ਮੰਦਾ ਆਖੀ ਹੈ ਜਿਤ ਜਮਹਿ ਰਾਜਾਨ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਵੱਲੋਂ ਮਾਤਾ ਖੀਵੀ ਜੀ ਨੂੰ ਸੌਂਪੀ ਲੰਗਰ ਦੀ ਸੇਵਾ ਨੂੰ ਐਨੀ ਸਹਜਤਾ ਤੇ ਜ਼ਿੰਮੇਵਾਰੀ ਦੇ ਨਾਲ ਮਾਤਾ ਜੀ ਨੇ ਨਿਭਾਇਆ ਕਿ ਅੱਜ ਵੀ ਸਿੱਖ ਧਰਮ ਲੰਗਰ ਪ੍ਰਥਾ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਛੋਟੇ ਸੈਜਾਦਿਆਂ ਨੂੰ ਸ਼ਹਾਦਤ ਦਾ ਰਾਹ ਦਿਖਾਉਣ ਵਾਲੇ ਮਾਤਾ ਗੁਜਰੀ ਜੀ ਚਾਰ ਪੁੱਤ ਵਾਰ ਕੇ ਵੀ ਹਿੰਮਤ ਤੇ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ ਜੰਗ ਦੇ ਮੈਦਾਨ ਵਿੱਚ ਹਿੰਮਤ ਹਾਰ ਚੁੱਕੇ ਸਿੰਘਾਂ ਦੇ ਮਨਾਂ ਦੇ ਵਿੱਚ ਅਲਖ ਜਗਾਉਣ ਵਾਲੀ ਮਾਈ ਭਾਗੋ ਸਮੇਤ ਅਣਗਿਣਤ ਸਿੱਖ ਬੀਬੀਆਂ ਦੀ ਕੁਰਬਾਨੀ ਤੇ ਹਿੰਮਤ ਨੂੰ ਵੀ ਸਜਦਾ ਕਰਨਾ ਬਣਦਾ ਹੈ ਤੇ ਹੋਰ ਵੀ ਦੇਸ਼ ਦੀਆਂ ਤੇ ਦੁਨੀਆ ਦੀਆਂ ਬਹੁਤ ਮਹਾਨ ਔਰਤਾਂ ਨੇ ਜਿਨ੍ਹਾਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਹਾਂ ਉਹ ਅੱਜ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਚਮਕ ਰਹੀਆਂ ਨੇ ਤੇ ਬਹੁਤ ਸਾਰੀਆਂ ਬੀਬੀਆਂ ਅੱਜ ਮੌਜੂਦਾ ਸਮੇਂ ਦੇ ਵਿੱਚ ਵੀ ਇਸ ਦੁਨੀਆਦਾਰਾ ਦਸੇਰਾ ਬਣੀਆਂ ਹੋਈਆਂ ਨੇ ਸਭ ਨੂੰ ਮੁਬਾਰਕਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਰੀਆਂ ਬੀਬੀਆਂ ਨੂੰ ਤੜਕੇ ਤੜਕੇ ਮਹਿਲਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਿਲੰਡਰ ਗੈਸ ਦੇ ਵਿੱਚ ਕਟੌਤੀ ਦਾ ਐਲਾਨ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਐਲਪੀਜੀ ਸਿਲੰਡਰ ਦੀ ਕੀਮਤ ਯਾਨੀ ਕਿ ਘਰੇਲੂ ਸਿਲੰਡਰ ਦੀ ਕੀਮਤ 100 ਰੁਪਏ ਘਟਾ ਦਿੱਤੀ ਹੈ ਉਹਨਾਂ ਨੇ ਲਿਖਿਆ ਕਿ ਇਹਦੇ ਨਾਲ ਸਾਡੀ ਮਹਿਲਾ ਸ਼ਕਤੀ ਨੂੰ ਖਾਸ ਤੌਰ ਤੇ ਲਾਭ ਹੋਵੇਗਾ ਹਾਲਾਂਕਿ ਜੇ ਇੱਕ ਹੋਰ ਗੱਲ ਮੈਂ ਆਪਣੇ ਨਾਲ ਜਿਹੜੀ ਵਾਪਰੀ ਹੈ ਉਹ ਦੱਸ ਦੇਵਾਂ ਜਦੋਂ ਮੈਂ ਕਿਸੇ ਪਿੰਡ ਦੇ ਵਿੱਚ ਕਿਸੇ ਬੀਬੀ ਨੂੰ ਇਸ ਬਾਰੇ ਦੱਸ ਰਹੀ ਸੀ ਤਾਂ ਉਹਨਾਂ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਮੋਦੀ ਜੀ ਨੇ ਦਿੱਤਾ ਤਾਂ ਸਾਨੂੰ ਤੋਹਫ਼ਾ ਹੈ ਪਰ ਰੇਟ ਹੈ ਜਿਹੜਾ ਉਹ ਬਹੁਤਾ ਜ਼ਿਆਦਾ ਵੀ ਨਹੀਂ ਘਟਾਇਆ ਪਰ ਕਹਿੰਦੇ ਸਾਨੂੰ ਤੋਹਫ਼ਾ ਤਾਂ ਤਾਂ ਹੋਣਾ ਸੀ ਜੇ ਸਾਨੂੰ ਬਣੀ ਬਣਾਈ ਰੋਟੀ ਮਿਲ ਜਿਆ ਕਰਦੀ ਕਿਉਂਕਿ ਇਹਦੇ ਨਾਲ ਕਹਿੰਦੇ ਸਿਲੰਡਰ ਸਸਤਾ ਹੋਊਗਾ ਸਾਨੂੰ ਤਾਂ ਕੀ ਕਰਨਗੇ ਚਾਰ ਰੋਟੀਆਂ ਹੋਰ ਬਣਾ ਦਿਓ ਹੁਣ ਤਾਂ ਸਿਲੰਡਰ ਸਸਤਾ ਹੈ ਹੋਰ ਖਾਣਾ ਬਣਾਓ ਸੋ ਇਸ ਤਰ੍ਹਾਂ ਹਾਸੇ ਠੱਠੇ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਖੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਨੂੰ ਸਿਆਸੀ ਮਾਹਿਰ ਨੇ ਜਿਹੜੇ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਵੇਖ ਰਹੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਕਮਾਂਤਰੀ ਮਹਿਲਾ ਦਿਹਾੜੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਹਰ ਕਿਸੇ ਨੂੰ ਮੁਟਿਆਰਾਂ ਦੇ ਰਾਹ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਮੰਤਰੀ ਮੈਲਾ ਦਿਹਾੜੇ ਮੌਕੇ ਦਿੱਲੀ ਦੀਆਂ ਔਰਤਾਂ ਤੋਂ ਅਸ਼ੀਰਵਾਦ ਲਿਆ ਅਤੇ ਉਹਨਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰਨ ਦਾ ਗੁਣਗਾਨ ਵੀ ਕੀਤਾ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦੇਸ਼ ਦੇ ਹਰ ਇੱਕ ਸਿਆਸਤਦਾਨ ਨੇ ਇਸ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਮੈਲਾ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਆਈਟੀ ਕੰਪਨੀ ਇਨਫੋਸਿਸ ਦੀ ਕੋ-ਫਾਊਂਡਰ ਤੇ ਬਰਤਾਨੀਆਂ ਦੇ ਪ੍ਰਧਾਨ ਰਿਸ਼ੀ ਸੁਨਕ ਦੇ ਸੱਸ ਸੇਵਿਕਾ ਸੁਦਾ ਮੂਰਤੀ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕਰਨ ਦਾ ਵੀ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਸਮਾਜਿਕ ਕੰਮਾਂ ਤੇ ਸਿੱਖਿਆ ਦੇ ਖੇਤਰ ਵਿੱਚ ਸੁਦਾ ਮੂਰਤੀ ਜੀ ਦਾ ਵੱਡਾ ਯੋਗਦਾਨ ਹੈ। ਮੈਲਾ ਦਿਹਾੜੇ ਤੋਂ ਇਲਾਵਾ 8 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਸ਼ਿਵਰਾਤਰੀ ਦਾ ਦਿਹਾੜਾ ਵੀ ਮਨਾਇਆ ਗਿਆ। ਖਾਸ ਤੌਰ ਤੇ ਹਿੰਦੂ ਭਾਈਚਾਰੇ ਦੇ ਵੱਲੋਂ ਥਾਂ-ਥਾਂ ਤੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਵਰਾਤਰੀ ਦੀਆਂ ਸਭ ਨੂੰ ਵਧਾਈ ਦੇ ਹੋਏ ਕਾਮਨਾ ਕੀਤੀ ਕਿ ਇਹ ਤਿਹਾਰ ਹਰ ਕਿਸੇ ਦੇ ਜੀਵਨ ਦੇ ਵਿੱਚ ਨਵੀਂ ਊਰਜਾ ਲੈ ਕੇ ਆਵੇ ਪੰਜਾਬ ਦਾ ਇਹਨੇ ਦਿਨੀ ਬਜਟ ਸੈਸ਼ਨ ਚੱਲ ਰਿਹਾ ਹੈ ਹਾਲਾਂਕਿ ਤਿੰਨ ਦਿਨਾਂ ਦੀ ਬ੍ਰੇਕ ਪਈ ਸੀ ਸ਼ੁੱਕਰਵਾਰ ਸ਼ਨੀਚਰਵਾਰ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਬਜਟ ਸੈਸ਼ਨ ਦਾ 6ਵਾਂ ਦਿਨ ਹੋਵੇਗਾ ਤੇ ਬਜਟ ਸੈਸ਼ਨ ਦੇ ਵਿਚਾਲੇ ਹੀ ਪੰਜਾਬ ਸਰਕਾਰ ਨੇ ਕੈਬਨਟ ਦੀ ਬੈਠਕ ਸੱਦ ਲਈ ਹੈ ਤੇ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਬੈਠਕ ਸ਼ਨੀਚਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੋਵੇਗੀ ਸੂਤਰਾਂ ਦੇ ਮੰਨਿਆ ਤਾਂ ਸਰਕਾਰ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਲੈ ਕੇ ਇਸ ਬੈਠਕ ਦੇ ਵਿੱਚ ਕਈ ਵੱਡੇ ਫੈਸਲੇ ਲੈ ਸਕਦੀ ਹੈ ਮੁਲਾਜ਼ਮਾਂ ਦੇ ਡੀਐਚ ਵਾਅਦੇ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ ਮੀਟਿੰਗ ਦੇ ਵਿੱਚ ਬੀਬੀਆਂ ਨੂੰ 1000 ਰੁਪਏ ਦੇਣ ਦੇ ਪ੍ਰਸਤਾਵ ਨੂੰ ਵੀ ਲਿਆਂਦਾ ਜਾ ਸਕਦਾ ਹੈ ਕਿਉਂਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਸੈਸ਼ਨ ਤੋਂ ਬਾਅਦ ਵੀ ਮੀਡੀਆ ਨੂੰ ਸੰਕੇਤ ਦੇ ਚੁੱਕੇ ਨੇ ਕਿ ਅਸੀਂ ਛੇਤੀ ਹੀ ਚੋਣ ਗਰੰਟੀ ਪੂਰੀ ਕਰਨ ਜਾ ਰਹੇ ਹਾਂ ਹਾਲਕਿ ਸਮਾਤੌਣ ਨੇ ਨਹੀਂ ਦੱਸਿਆ ਸੀ ਪਰ ਦੋ ਤਿੰਨ ਵਾਰੀ ਉਹ ਕਹਿ ਚੁੱਕੇ ਨੇ ਬਜਟ ਸੈਸ਼ਨ ਦੇ ਵਿੱਚ ਕਿ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਪੰਜਵੀਂ ਵੀ ਪੂਰੀ ਕਰਾਂਗੇ ਹਾਲਾਂਕਿ ਮੀਟਿੰਗ ਦਾ ਅਜੰਡਾ ਜਾਰੀ ਨਹੀਂ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਪੰਜਾਬ ਰੋਡਵੇਜ਼ ਪਨ ਵਾਸਤੇ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ 13 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਬੱਸਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਇਸ ਤੋਂ ਪਹਿਲਾਂ ਯੂਨੀਅਨ ਨੇ 11 ਮਾਰਚ ਨੂੰ ਸਾਰੇ ਟਰਾਂਸਪੋਰਟ ਡਿਪੂਆਂ ਤੇ ਗੇਟ ਮੀਟਿੰਗਾਂ ਅਤੇ ਰੈਲੀਆਂ ਕਿਤੇ ਜਾਂਦਾ ਐਲਾਨ ਕੀਤਾ 12 ਮਾਰਚ ਨੂੰ ਦੁਪਹਿਰ 12 ਵਜੇ ਸਾਰੇ ਡਿਪੂਆਂ ਤੇ ਬੱਸਾਂ ਰੋਕ ਦਿੱਤੀਆਂ ਜਾਣਗੀਆਂ ਯੂਨੀਅਨ ਨੇ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੇ ਵਿੱਚ ਅੜਿੱਕਾ ਪੈਦਾ ਕੀਤਾ ਇਸ ਤੋਂ ਤੰਗ ਆ ਕੇ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਜ਼ਾਹਿਰ ਤੌਰ ਤੇ ਲੋਕਾਂ ਨੂੰ ਕਾਫੀ ਮੁਸ਼ਕਲ ਆਵੇਗੀ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਿਸੇ ਵਕਤ ਵੀ ਹੋ ਸਕਦਾ ਹੈ ਇਸ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸੁਰੱਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗ੍ਰੈਸ ਕਤਰ ਅਜੀਤ ਭੱਲਾ ਮੁਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ ਅਰਣ ਗੋਇਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਤੇ ਸੂਬਿਆਂ ਦੇ ਵਿੱਚ ਕੇਂਦਰੀ ਬਲਾਂ ਦੀ ਤੈਨਾਤੀ ਤੇ ਚਰਚਾ ਕੀਤੀ ਇਹ ਮੀਟਿੰਗ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਕਮਿਸ਼ਨ ਨੇ ਜੰਮੂ ਕਸ਼ਮੀਰ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ ਚੋਣ ਕਮਿਸ਼ਨ ਨੇ ਲੋਕ ਸਭਾ ਤੇ ਚਾਰ ਵਿਧਾਨ ਸਭਾ ਚੋਣਾਂ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ 3.5 ਲੱਖ ਦੇ ਕਰੀਬ ਜਵਾਨਾਂ ਦੀ ਮੰਗ ਕੀਤੀ ਹੈ ਦੇਸ਼ ਭਰ ਦੇ ਵਿੱਚ ਕਰੀਬ 97 ਕਰੋੜ ਵੋਟਰ ਨੇ ਕਮਿਸ਼ਨ ਦੇਸ਼ ਭਰ ਦੇ ਵਿੱਚ ਕਰੀਬ 12.5 ਲੱਖ ਪੋਲਿੰਗ ਸਟੇਸ਼ਨ ਬਣਾਏਗਾ ਇਸ ਦਰਮਿਆਨ ਲੋਕ ਸਭਾ ਚੋਣਾਂ 2024 ਸਤੰਤਰ ਹੋਣ ਨਿਰਪੱਖ ਹੋਣ ਤੇ ਸ਼ਾਂਤੀਪੂਰਨ ਢੰਗ ਨਾਲ ਹੋਣ ਇਸ ਨੂੰ ਯਕੀਨੀ ਬਣਾਉਣ ਦੇ ਲਈ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੇਂਦਰੀ ਹਥਿਆਰਬੰਦ ਬਲਾਂ ਦੀਆਂ 25 ਕੰਪਨੀਆਂ ਪੰਜਾਬ ਦੇ ਵਿੱਚ ਪਹੁੰਚ ਵੀ ਚੁੱਕੀਆਂ ਨੇ 25 ਕੰਪਨੀਆਂ ਦੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਵੱਲ ਯਾਨਕੀ CRP CRPF ਦੀਆਂ 5 BSF ਦੀਆਂ 15 ਤੇ ITBP ਦੀਆਂ ਪੰਜ ਕੰਪਨੀਆਂ ਸ਼ਾਮਲ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੂਬੇ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਊਗਾ ਸੰਵੇਦਨਸ਼ੀਲ ਇਲਾਕਿਆਂ ਦੀ ਮੈਪਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਮ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਨਸਖਾਵੀ ਸਥਿਤੀ ਤੋਂ ਬਚਾਅ ਦੇ ਲਈ ਹੋਰ ਬਲਾਂ ਨੂੰ ਤਾਇਨਾਤ ਕੀਤਾ ਜਾ ਸਕੇ ਉਧਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਸੁਰੱਖਿਆ ਤੇ ਸਤਿਪਾਵਨਾ ਬਣਾਈ ਰੱਖਣ ਦੇ ਲਈ ਜ਼ਿਲ੍ਹੇ ਦੀਆਂ ਸਾਰੀਆਂ ਸਬਡਿ ਲੰਬੀ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੇ ਲਈ ਜ਼ਰੂਰੀ ਜਾਣਕਾਰੀ ਹੈ ਕਿ ਸਕੂਲ ਆਫ ਐਮਿਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ 9ਵੀਂ ਤੇ 11ਵੀਂ ਦੀਆਂ ਜਮਾਤਾਂ 'ਚ ਦਾਖਲਾ ਹੋਵੇਗਾ 8ਵੀਂ ਤੇ 10ਵੀਂ 'ਚ ਪੜ ਰਹੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ ਵੀ ਹੋਊਗੀ 3 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਇਹ ਪ੍ਰੀਖਿਆ ਹੋਊਗੀ ਇਮਤਿਹਾਨ 'ਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਅਪਲਾਈ ਕਰਨਾ ਪਊਗਾ ਅਪਲਾਈ ਕਰਨ ਦੀ ਆਖਰੀ ਮਿਤੀ 15 ਮਾਰਚ ਹੈ ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਹੀ ਹੋਵੇਗੀ ਹਾਰਡ ਕਾਪੀ ਤੁਸੀਂ ਨਹੀਂ ਦੇ ਸਕਦੇ ਕਿਸੇ ਦਫ਼ਤਰ 'ਚ ਜਾ ਕੇ ਨਹੀਂ ਦੇ ਸਕਦੇ ਅਪਲਾਈ ਕਰਨ ਦੇ ਲਈ ਤਿੰਨ ਵੈਬਸਾਈਟਸ ਨੇ e-punjabschool.gov.in, schoolofeminence.pscb.ac.in ਅਤੇ ssa.punjab.org ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ 75% ਸੀਟਾਂ ਸਰਕਾਰੀ ਸਕੂਲਾਂ ਤੇ 25% ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਹਨ। ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਲਈ ਹੈ ਜੇ ਤੁਸੀਂ ਲੰਬੇ ਸਮੇਂ ਤੋਂ ਆਪਣੇ ਆਧਾਰ ਨੂੰ ਅਪਡੇਟ ਨਹੀਂ ਕੀਤਾ 14 ਮਾਰਚ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਪੂਰਾ ਕਰ ਲਓ। UIDAI ਨੇ 14 ਮਾਰਚ ਨੂੰ ਮੁਫਤ ਆਧਾਰ ਅਪਡੇਟ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਬਾਅਦ ਤੁਹਾਡੇ ਤੋਂ ਆਨਲਾਈਨ ਅਧਾਰ ਅਪਡੇਟ ਲਈ ਚਾਰਜ ਲਿਆ ਜਾਊਗਾ ਜੇ ਤੁਸੀਂ ਹਾਊਸ ਰੈਂਟ ਅਲਾਉਂਸ ਜਾਂ ਫਿਰ ਛੁੱਟੀ ਯਾਤਰਾ ਰਿਐਟਲ ਟੈਕਸ ਛੋੜ ਦਾ ਦਾਵਾ ਕਰਨਾ ਚਾਹੁੰਦੇ ਹੋ ਤਾਂ 31 ਮਾਰਚ ਤੋਂ ਪਹਿਲਾਂ ਆਪਣੇ ਸਬੰਧਤ ਬਿੱਲ ਜਮ੍ਹਾਂ ਕਰਵਾ ਦਿਓ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਭੁੱਖ ਹੜਤਾਲ ਤੇ ਹਨ ਇਸੇ ਦਰਮਿਆਨ ਡਿਬਰੂਗੜ ਜੇਲ੍ਹ ਤੋਂ ਇੱਕ ਵੱਡੀ ਖਬਰ ਆਈ ਹੈ ਕਿ ਜੇਲ੍ਹ ਦੇ ਸੁਪਰਡੈਂਟ ਨਿਪਿੰਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਖਬਰਾਂ ਮੁਤਾਬਕ ਹੈ ਕਿ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਕਥਿਤ ਤੌਰ ਤੇ ਮੋਬਾਈਲ ਫੋਨ ਜਾਸੂਸੀ ਕੈਮਰੇ ਤੇ ਹੋਰ ਇਲੈਕਟ੍ਰੋਨਿਕ ਸਮਾਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਕੀਤੀ ਗਈ ਹੈ। ਡਿਬਰੂਗੜ੍ਹ ਦੇ ਐਸ ਪੀ ਵੀ ਵੀ ਆਰ ਰੈਡੀ ਨੇ ਕਿਹਾ ਹੈ ਕਿ ਅਧਿਕਾਰੀ ਦੀ ਲਾਪਰਵਾਹੀ ਕਰਕੇ ਜੇਲ੍ਹ ਦੇ ਵਿੱਚ ਇਲੈਕਟ੍ਰੋਨਿਕ ਵਸਤੂਆਂ ਕੈਦੀਆਂ ਤੱਕ ਪਹੁੰਚਾਈਆਂ ਗਈਆਂ ਇਸ ਕਰਕੇ ਸੁਪਰਡੈਂਟ ਨਿਪਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਸਰੇ ਪਾਸੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਪਹਿਲਾਂ ਹੀ ਇਸ ਨੂੰ ਸਾਜ਼ਿਸ਼ ਦੱਸ ਚੁੱਕੇ ਨੇ ਅਮਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਕੈਮਰੇ ਮੈਂ ਬਾਥਰੂਮ ਚ ਫੜੇ ਸਨ ਜਦੋਂ ਅਸੀਂ ਪ੍ਰਸ਼ਾਸਨ ਨੂੰ ਪੁੱਛਿਆ ਤਾਂ ਉਲਟਾ ਸਾਡੇ ਖਿਲਾਫ ਇਲਜ਼ਾਮ ਲਾ ਦਿੱਤਾ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਆਡੀਓ ਬਾਹਰ ਆਈ ਸੀ ਅਮਰਿਤਪਾਲ ਸਿੰਘ ਦੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਸੀਸੀਟੀਵੀ ਕੈਮਰੇ ਲਾਏ ਹੋਏ ਸਨ ਇੱਥੋਂ ਤੱਕ ਉਹਨਾਂ ਨੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾਏ ਸਨ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਫੜ ਲਿਆ ਤਾਂ ਉਲਟਾ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਇਹ ਸਾਰਾ ਸਮਾਨ ਰੱਖ ਕੇ ਇੱਕ ਸਾਜ਼ਿਸ਼ ਤਹਿਤ ਉਹਨਾਂ ਤੇ ਇਲਜ਼ਾਮ ਲਾਇਆ ਪਿਛਲੇ ਦਿਨੀ ਅਸਾਮ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਸੀ ਕਿ ਐਨਐਸਏ ਤਹਿਤ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਕੋਲੋਂ ਬਹੁਤ ਸਾਰੀਆਂ ਇਲੈਕਟ੍ਰੋਨਿਕ ਡਿਵਾਈਸਸ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਫੋਨ ਵੀ ਸ਼ਾਮਲ ਨੇ ਤੇ ਪਿਛਲੇ ਦਿਨੀ ਜਦੋਂ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਨਾਲ ਖਾਸ ਗੱਲਬਾਤ ਅਸੀਂ ਮੋਰਚੇ ਤੇ ਜਾ ਕੇ ਕੀਤੀ ਸੀ ਤਾਂ ਉਹਨਾਂ ਨੇ ਵੀ ਇਹੀ ਦਾਵਾ ਕੀਤਾ ਸੀ ਕਿ NSA ਦੀ ਮਿਆਦ ਖਤਮ ਹੋਣ ਵਾਲੀ ਹੈ ਮੁਰ ਤੋਂ ਉਹਨਾਂ ਨੂੰ NSA ਅਧੀਨ 1 ਸਾਲ ਹੋਰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਇਸੇ ਕਰਕੇ ਸਾਜ਼ਿਸ਼ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਆਪਣੇ ਬੱਚਿਆਂ ਦੀ ਪੰਜਾਬ ਦੇ ਵਿੱਚ ਜੇਲ੍ਹ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਇਹ ਸਾਰੇ तकरीबन 15 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਭੁੱਖ ਹੜਤਾਲ ਤੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਵਿੱਚ ਬੈਠੇ ਨੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਨੌ ਹੋਰ ਸਾਰੇ ਜਿਹੜੇ ਸਾਥੀ ਨੇ ਕੈਦੀ ਸਿੰਘ ਨੇ ਉਹ ਤੇ ਅਸਾਮ ਦੇ ਵਿੱਚ ਹੀ ਡਿਬਰੂਗੜ੍ਹ ਦੇ ਵਿੱਚ ਹੀ ਰਹਿ ਰਹੀ ਉਹਨਾਂ ਦੀ ਪਤਨੀ ਸਾਰੇ ਇਹ ਭੁਖੜ ਤਾਲ ਤੇ ਹਨ ਜਿਹੜੇ ਇੱਕੋ ਇੱਕ ਇਹਨਾਂ ਦਾ ਸਟੈਂਡ ਹੈ ਕਿ ਜਦੋਂ ਤੱਕ ਪੰਜਾਬ ਨਹੀਂ ਤਬਦੀਲ ਕੀਤਾ ਜਾਂਦਾ ਉਦੋਂ ਤੱਕ ਪਾਣੀ ਵੀ ਮੂੰਹ ਨੂੰ ਨਹੀਂ ਲਾਉਣਗੇ ਹਰਿਆਣਾ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਅੱਜ ਪੂਰੇ 25 ਦਿਨ ਹੋ ਗਏ ਨੇ ਆਉਂਦੇ 5 ਦਿਨਾਂ ਤੱਕ ਪੂਰਾ ਮਹੀਨਾ ਹੋ ਜਾਊਗਾ ਅੰਦੋਲਨ ਦੀ ਕਮਾਨ ਅੱਜ ਬੀਬੀਆਂ ਨੂੰ ਸਮਰਪਿਤ ਕੀਤੀ ਗਈ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਮੌਕੇ ਅੱਜ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਸਟੇਜ ਦਾ ਸੰਚਾਲਨ ਵੀ ਬੀਬੀਆਂ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੇ ਅੱਜ ਦੇ ਦਿਨ ਲਈ ਬੀਬੀਆਂ ਨੂੰ ਇਥੇ ਪੌਂਟਨ ਦਾ ਖਾਸ ਸੁਨੇਹਾ ਭੇਜਿਆ ਸੀ ਸੁਨੇਹੇ ਨੂੰ ਕਬੂਲ ਕਰਦਿਆਂ ਵੱਡੀ ਗਿਣਤੀ ਵਿੱਚ ਬੀਬੀਆਂ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਿਲ ਹੋਈਆਂ ਦੋਵਾਂ ਸਰਹੱਦਾਂ ਦੀ ਬਾਗਡੋਰ ਅਤੇ ਮੰਚ ਦੀ ਜ਼ਿੰਮੇਵਾਰੀ ਔਰਤਾਂ ਨੂੰ ਖਾਸ ਤੌਰ ਤੇ ਦਿੱਤੀ ਗਈ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਸਰਵਣ ਸਿੰਘ ਪੰਦੇਰ ਸੁਰਜੀਤ ਸਿੰਘ ਫੂਲ ਤੇ ਹੋਰ ਜਿਹੜੇ ਕਿਸਾਨ ਨੇ ਅਭਿਮਨਿਉ ਕੋਹਾਰ ਮਨਜੀਤ ਸਿੰਘ ਰਾਏ ਸਮੇਤ ਸਾਰਿਆਂ ਨੇ ਵੱਧ ਤੋਂ ਵੱਧ ਬੀਬੀਆਂ ਨੂੰ ਪੂਰੇ ਦੇਸ਼ ਤੋਂ ਇੱਥੇ ਪਹੁੰਚਣ ਦੀ ਅਪੀਲ ਕੀਤੀ ਸੀ ਮੋਰਚੇ ਵਿੱਚ ਪਹੁੰਚੀਆਂ ਬੀਬੀਆਂ ਦਾ ਜ਼ਬਰਦਸਤ ਜੋਸ਼ ਸੀ ਉਹਨਾਂ ਨੇ ਕਿਹਾ ਕਿ ਪਿਛਲੇ ਮੋਰਚੇ ਵਾਂਗ ਅਸੀਂ ਇਸ ਮੋਰਚੇ ਦੇ ਵਿੱਚ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਕੇਂਦਰ ਨੂੰ ਸਾਡੀਆਂ ਮੰਗਾਂ ਦੇ ਮੂਹਰੇ ਝੁਕਣਾ ਹੀ ਪਵੇਗਾ ਜ਼ਿਆਦਾਤਰ ਬੀਬੀਆਂ ਨੇ ਪੀਲੀਆਂ ਚੁੰਨੀਆਂ ਸਿਰ ਦੇ ਉੱਤੇ ਲੀਆਂ ਹੋਈਆਂ ਸਨ ਹਾਂਜੀ ਭੈਣ ਜੀ ਮੈਂ ਸਰਬਜੀਤ ਕੋਰ ਚੱਕਰੇ ਖਵਾ ਤੂੰ ਤੇ ਜਿਵੇਂ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਵਾ ਸਾਰੇ ਇੰਡੀਆ ਦੇ ਵਿੱਚ ਜਾਰੇ ਸਾਰੇ ਵਰਲਡ ਦੇ ਵਿੱਚ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਜਿਵੇਂ ਬਨੌਰੀ ਮੜ ਰਿਹਾ ਚਾਹੇ ਸ਼ੰਭੂ ਮੜ ਰਿਹਾ ਤੇ ਇੱਥੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਵਾ ਅੱਜ ਬਣਾ ਕੇ ਜੀ ਜੋ ਮੰਗ ਪੱਤਰ ਹੈ ਸਾਡਾ ਉਹ ਅਸੀਂ ਕਹਿੰਨੇ ਕਿ ਸਾਡੀਆਂ ਮੰਗਾ ਮੰਨੀਆਂ ਨਾਨ ਜੀ ਅਸੀਂ ਇਹ ਮਹਿਲਾ ਮੰਡਲ ਤੇ ਅੱਜ ਦਿਵਸ ਤੇ ਆਏ ਹੋਏ ਆ ਅਸੀਂ ਕਹਿੰਨੇ ਵੀ ਸਾਡੀ ਸੁਣੀ ਜਾਵੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਗੈਲ ਖੜੇ ਆ ਕਿਸਾਨਾਂ ਦੇ ਇਹੀ ਸਾਨੂੰ ਬਹੁਤ ਬਹੁਤ ਮਤ ਮਤਲਬ ਜ਼ਰੂਰੀ ਹੈ ਕਿ ਸਾਡੇ ਕਿਸਾਨਾਂ ਦੇ ਮੰਗਲ ਸਾਡੇ ਕਿਸਾਨਾਂ ਦਾ ਅਤਿਆਚਾਰ ਨਾ ਕੀਤਾ ਜਾਵੇ ਸਾਡੀ ਸ਼ਾਂਤਮਈ ਬੈਠੇ ਤੇ ਸ਼ਾਂਤਮਈ ਬੈਠਾ ਅਸੀਂ ਸਰਕਾਰ ਨੂੰ ਇਹ ਬਲੇਖਾ ਹੋਣਾ ਕਿ ਅੱਗੇ ਸੀਜ਼ਨ ਆ ਰਿਹਾ ਹੈ ਵੀ ਕਿਸਾਨ ਇੱਥੇ ਕਿੰਨਾ ਕਿੰਨਾਂ ਮੋਰਚਿਆਂ ਦੇ ਵਿੱਚ ਡਟਣਗੇ ਪਰ ਇਹ ਸਰਕਾਰ ਦਾ ਬਲੇਖਾ ਹੈ ਕਿਉਂਕਿ ਜਦ ਹੁਣ ਭੈਣਾਂ ਆਪਾਂ ਘਰ ਦੇ ਸਾਮ ਸਕਦੀਆਂ ਨੇ ਵੀਰਾਂ ਨੂੰ ਮੋਰਚਿਆਂ ਦੇ ਵਿੱਚ ਭੇਜ ਸਕਦੀਆਂ ਨੇ ਤਾਂ ਜਦੋਂ ਕਟਾਈ ਦਾ ਸਮਾਂ ਆਊਗਾ ਜਾਂ ਝੋਨੇ ਦੀ ਲਵਾਈ ਦਾ ਸਮਾਂ ਆਊਗਾ ਤਾਂ ਉਸ ਸਮਿਆਂ ਦੇ ਵਿੱਚ ਭੈਣਾਂ ਬਾਰਡਰਾਂ ਤੇ ਡਟਣਗੀਆਂ ਤੇ ਵੀ ਸਾਡੇ ਜਿਹੜਾ ਉਹਦਾ ਕੰਮਕਾਜ ਆ ਉਹ ਸਾਂਭਣਗੇ ਪਰ ਅਸੀਂ ਆਪਣੇ ਹੱਕ ਲੈ ਕੇ ਘਰਾਂ ਨੂੰ ਫੇਰੀ ਵਾਪਸ ਜਾਵਾਂਗੇ ਇਸ ਮੌਕੇ ਬੀਬੀਆਂ ਨੇ ਖੱਟਰ ਤੇ ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਤੇ ਜ਼ੁਲਮ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਅਤੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਵਿੱਚ ਕਿਸਾਨਾਂ ਖਾਸ ਕਰਕੇ ਬੀਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਕਿਸਾਨ ਲੀਡਰਾਂ ਨੇ ਵੀ ਕਿਹਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਮਾਤਾ ਗੁਜਰੀ ਜੀ, ਛੋਟੇ ਸਾਹਜਦਿਆਂ ਤੇ ਰਾਣੀ ਲక్ష్ਮੀਬਾਈ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਮੋਰਚੇ ਦੀ ਬਾਗਡੌਰ ਦੇ ਵਿੱਚ ਕਿਸਾਨ ਲੀਡਰਾਂ ਦੇ ਮੁਤਾਬਿਕ ਨਾਰੀ ਸ਼ਕਤੀ ਦਾ ਪੂਰਾ ਯੋਗਦਾਨ ਹੋਏਗਾ। 10 ਮਾਰਚ ਨੂੰ ਰੇਲ ਰੁਕੋ ਮੁਹਿੰਮ ਦੇ ਵਿੱਚ ਵੀ ਬੀਬੀਆਂ ਵੱਧ ਚੜ ਕੇ ਹਿੱਸਾ ਲੈਣਗੀਆਂ। ਬਰਾਬਰ ਦੀ ਸ਼ਮੂਲੀਅਤ ਇਹਨਾਂ ਦੀ ਹੋਵੇਗੀ। ਉਧਰ ਦਿੱਲੀ ਮੋਰਚੇ ਨੂੰ ਲੈ ਕੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਸਥਿਤੀ ਵੀ ਸਾਫ਼ ਕਰ ਦਿੱਤੀ ਹੈ। ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਬੈਰੀਕੇਡ ਤੋੜ ਕੇ ਅੱ ਆਪਰਾ ਖੋਲੇਗੀ ਤਾਂ ਅਸੀਂ ਅੱਗੇ ਜਾਵਾਂਗੇ ਸ਼ੰਭੂ ਤੇ ਖਨਾਰੀ ਬਾਰਡਰ ਤੇ ਹੀ ਪੱਕਾ ਮੋਰਚਾ ਲੱਗੂਗਾ ਜਿਸ ਤਰ੍ਹਾਂ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਲੱਗਿਆ ਸੀ ਪੰਦੇਰ ਨੇ ਕਿਹਾ ਕਿ ਅਸੀਂ ਟਕਰਾ ਪੈਦਾ ਕਰਕੇ ਅੱਗੇ ਨਹੀਂ ਜਾਵਾਂਗੇ ਜਿਸ ਤਰ੍ਹਾਂ ਪੁਲਿਸ ਨੇ ਹੱਥੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਸਾਡੇ ਨੌਜਵਾਨਾਂ ਦੀ ਜਾਨ ਖਤਰੇ ਦੇ ਵਿੱਚ ਹੈ ਤੇ ਇਸ ਕੀਮਤ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ ਪੰਦੇਰ ਨੇ ਸਰਕਾਰਾਂ ਨੂੰ ਨਸੀਹਤ ਵੀ ਦਿੱਤੀ ਕਿ ਤੁਸੀਂ 250 ਕਿਲੋਮੀਟਰ ਦਿੱਲੀ ਦੇ ਲੋਕਾਂ ਨੂੰ ਸਾਡੇ ਨਾਂ ਤੇ ਕਿਉਂ ਪਰੇਸ਼ਾਨ ਕਰ ਰਹੇ ਹੋ ਕਿਉਂ ਤੁਸੀਂ ਉੱਥੇ ਬਾਰਡਰ ਨੇ ਜਿਹੜੇ ਉਹ ਸੀਲ ਕਰ ਰੱਖੇ ਨੇ ਕਹਿੰਦੇ ਤੁਸੀਂ ਹੋਰ ਵੀ ਰਾਹ ਖੋਲਦੇ ਹੋ ਜਦੋਂ ਤੱਕ ਇਸ ਬੈਰੀਗੇਡ ਤੋਂ ਰਾਹ ਨਹੀਂ ਖੁੱਲੂਗਾ ਅਸੀਂ ਅੱਗੇ ਨਹੀਂ ਵਧਾਂਗੇ ਨਹੀਂ ਤੋੜਾਂਗੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਤੁਸੀਂ ਰਾਹ ਸਾਰੇ ਖੋਲ ਸਕਦੇ ਹੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪੰਦੇਰ ਨੇ ਦਾਵਾ ਕੀਤਾ ਕਿ ਰਾਹ ਬੰਦ ਕਰਕੇ ਸਰਕਾਰ ਪੂਰੀ ਤਰ੍ਹਾਂ ਫਸ ਚੁੱਕੀ ਹੈ ਬੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਸਨ ਉਥੋਂ ਦੇ ਕਿਸਾਨਾਂ ਨੂੰ ਕਾਫੀ ਉਮੀਦਾਂ ਸਨ ਕਿ ਪ੍ਰਧਾਨ ਮੰਤਰੀ ਕਿਸਾਨਾਂ ਲਈ ਕੋਈ ਖਾਸ ਐਲਾਨ ਕਰਨਗੇ ਪਰ ਉਹਨਾਂ ਦੀ ਉਮੀਦ ਨੂੰ ਬੂਰ ਨਹੀਂ ਪਿਆ ਪੱਕਾ ਮੋਰਚਾ ਲੱਗ ਗਿਆ ਜਿੱਦ ਤਨ ਸਰਕਾਰ ਰਾਹ ਦਊਗੀ ਸਾਨੂੰ ਰਾਹ ਖੋਲ ਦੂ ਅਸੀਂ ਦਿੱਲੀ ਜਾਣ ਵਾਲੀ ਗੱਲ ਤੇ ਕਹਿਮ ਆ ਬੈਰੀਕੇਡ ਨਹੀਂ ਤੋੜੋਗੇ ਨਾ ਟਕਰਾਅ ਪੈਦਾ ਕਰਕੇ ਬੁਲੇਟ ਦੀ ਰਿਸਕ ਤੇ ਨਹੀਂ ਹੋਵਾਂ ਜਵਾਬਾਂਗੇ ਠੀਕ ਹੈ ਅਸੀਂ ਅੰਦੋਲਨ ਲੜਿਆ ਅੰਦੋਲਨਾਂ ਵਿੱਚ ਚੰਡਾ ਡੰਡਾ ਬਾ ਹਲਕਾ-ਪਲਕਾ ਥੋੜੇ ਤੇ ਪਾਣੀ ਮਾਰਨ ਦੀ ਕੋਈ ਗੱਲ ਨਹੀਂ ਹੰਜੂ ਗਏ ਸਾਡਾ ਮੋਟਾ ਬਾਜਦਾ ਕੋਈ ਗੱਲ ਨਹੀਂ ਹਲਕਾ-ਪਲਕਾ ਲਾਠੀ ਚਾਰਜ ਹੁੰਦਾ ਇਹਨਾਂ ਚੱਲ ਲੈਂਦੇ ਆ ਜਦੋਂ ਸਰਕਾਰ ਸਿੱਧੀ ਬੋਲਟ ਚਲਉਂਦੀ ਆ ਭਈ 79 ਲੋਕਾਂ ਦਾ ਸਿੱਧੀਆਂ ਗੋਲੀਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਇਸ ਰਿਸਕ ਦੇ ਅਸੀਂ ਦਿੱਲੀ ਵਾਲ ਨੂੰ ਨਹੀਂ ਬਤਾਗੇ ਔਰ ਜਦੋਂ ਸਰਕਾਰ ਇਹ ਰਾਹ ਖੋਲੂਗੀ ਉਦੋਂ ਹੁਣ ਇਹ ਰਸਤਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਅੱਜ ਸਾਡੀ ਪ੍ਰੋਕੈਸ਼ਨ ਤੇ ਅਸੀਂ ਰਾਹ ਰੋਕਿਆ ਹੁਣ ਉਹਨਾਂ ਨੇ ਰੋਕਿਆ ਹੁਣ ਜਦੋਂ ਅਸੀਂ ਰਾਹ ਇੱਥੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ ਤੇ ਦਿੱਲੀ ਨੂੰ ਕੋ ਘੇਰ ਕੇ ਰੱਖਿਆ ਅਸੀਂ ਤੇ ਕਹਿੰਦੇ ਤੁਹਾਡੇ ਮਾਦਮ ਰਹੀਂ ਵੀ ਅਸੀਂ ਸਾਡਾ ਭਈ ਤੁਹਾਨੂੰ ਅਪੀਲ ਆ ਕਿ ਦਿੱਲੀ ਵਾਲੇ ਰਾਹ ਸਾਰੇ ਖੋਲੋ ਅਸੀਂ ਤਾਂ ਥੋੜੇ ਤੋਂ 250 ਕਿਲੋਮੀਟਰ ਤੇ ਆ ਇਹ ਇਹ ਬਾਰਡਰਾਂ ਦੇ ਪਿੱਛੇ ਜਿੰਨੇ ਵੀ ਤੁਸੀਂ ਲਾਇ ਬੈਰੀਕੇਡ ਉਹ ਖੋਲ ਦਿਓ ਹਰਿਆਣੇ ਦੇ ਵਿੱਚੋਂ 70000 ਅਰਧ ਸੈਨਿਕ ਫੋਰਸ ਕੱਢ ਲਓ ਕਿਉਂਕਿ ਸਾਡਾ ਤੇ ਲਾਣੇ ਅਸੀਂ ਬੈਠਾਂਗੇ ਜਿੰਨਾਂ ਦੇ ਤੁਸੀਂ ਨਹੀਂ ਖੋਲੋਗੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਬਤਾਂਗੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਇਕੱਠੇ ਹੋਏ ਚੜ੍ਹਾਵੇ ਨੂੰ ਲੈ ਕੇ ਕਿਸਾਨ ਲੀਡਰਾਂ ਤੇ ਜਿਹੜੇ ਇਲਜ਼ਾਮ ਲਾਏ ਗਏ ਹਨ ਉਸ ਤੇ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਸੀ ਕਿ ਕਿਸਾਨ ਯੂਨੀਅਨ ਨੇ ਚੜ੍ਹਾਵੇ ਵਿੱਚੋਂ ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਹੁਣ ਸ਼ੁਭਕਰਨ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮਿਲੀਆਂ ਸਨ ਨਾਹੀਂ ਤਾਂ ਉਹ ਗੁਰਦੁਆਰਾ ਕਮੇਟੀ ਦੇ ਕੋਲ ਗਈਆਂ ਤੇ ਨਾਹੀਂ ਨੇ ਪੈਸਿਆਂ ਦੀ ਮੰਗ ਕੀਤੀ ਉਹ ਸਿਰਫ ਸਾਡੇ ਪਰਿਵਾਰ ਨੂੰ ਆ ਕੇ ਮਿਲਦੇ ਰਹੇ ਨੇ ਦਰਸਲ ਗ੍ਰੰਥੀ ਸਿੰਘ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਜਿਸ ਵਿੱਚ ਸਿੱਧੂਪੁਰ ਜੱਥੇਬੰਦੀ ਵੱਲੋਂ ਸ਼ੁਭਕਰਨ ਦੇ ਭੋਗ ਦਾ ਚੜਾਵਾ ਮੰਗਣ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਿੱਧੂਪੁਰ ਜੱਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਇਹ ਸਪਸ਼ਟੀਕਰਨ ਦਿੱਤਾ ਕਿ ਸਾਡੀ ਯੂਨੀਅਨ ਨੇ ਨਾ ਤਾਂ ਕੋਈ ਅਜਿਹੀ ਮੰਗ ਚੱਕੀ ਹੈ ਤੇ ਨਾ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਲਈ ਕਿਹਾ ਹੈ ਕਹਿੰਦੇ ਇਹ ਸਾਡੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਹਨਾਂ ਕਹਿੰਦੇ ਕਿ ਇਸ ਮਾਮਲੇ ਦੇ ਅਸੀਂ ਡੂੰਘਾਈ ਨਾਲ ਜਾਂਚ ਕਰਾਂਗੇ ਤਾਂ ਜੋ ਸੱਚ ਸਾਹਮਣੇ ਲਿਆਂਦਾ ਜਾ ਸਕੇ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਇੱਕ ਵਾਰੀ ਫਿਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਹੈ ਅਤੇ ਇਸ ਸਮਝੌਤੇ ਨੂੰ ਉਹਨਾਂ ਨੇ ਇਸ ਗੱਠਜੋੜ ਨੂੰ ਇਸ ਕਰਕੇ ਜ਼ਰੂਰੀ ਦੱਸਿਆ ਪਰ ਨਾਲ ਹੀ ਸਾਫ਼ ਵੀ ਕਰ ਦਿੱਤਾ ਕਿ ਅਸੀਂ 13 13 ਦੀਆਂ 13 ਸੀਟਾਂ ਤੇ ਚੋਣਾਂ ਦੀ ਤਿਆਰੀ ਵੀ ਕੀਤੀ ਹੋਈ ਹੈ। ਯਾਨੀ ਕਿ ਦੋਵੇਂ ਪਾਸੇ ਉਹ ਆਪਣੇ ਪੈਰ ਰੱਖ ਰਹੇ ਇਨੇ ਕੇ ਗੱਠ ਜੋੜ ਵੀ ਹੋਣਾ ਚਾਹੀਦਾ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ 13 ਸੀਟਾਂ ਦੀ ਤਿਆਰੀ ਵੀ ਅਸੀਂ ਕਰ ਰੱਖੀ ਐ ਸੁਨੀਲ ਜਾਖੜ ਨੇ ਵੀ ਜਾਣਕਾਰੀ ਦਿੱਤੀ ਕਿ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ ਦਿੱਲੀ ਦੇ ਵਿੱਚ ਕਿ ਮੈਂ ਪਬਲੀਕਲੀ ਵੀ ਕਹਾ ਵੀ ਲੋਕੋ ਕੀ ਭਾਵਨਾ ਹੈ ਆ ਕਨਵੇਅਰਡ दैट ਫੀਲਿੰਗ उनको यही बात मैंने बताई ਵੀ ਲੋਕ जहां भी जाते हैं ਤੁਸੀਂ ਕਰੋ ਜੀ ਇਹਨਾਂ ਦੇ ਨਕੇਲ ਪਾਓ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਪੰਜਾਬ ਨੂੰ ਡੋਬਣ ਲੱਗੀ ਐ ਤੇ ਇਸ ਕੀ ਬਾਤ ਐ ਬਾਕੀ ਜੋ ਫੈਸਲਾ ਹੋਗਾ ਮੈਂ ਤਾਂ ਆਪਕੋ ਕਹਾ ਵੀ ਆਪ ਉਸ ਬਿਆਨ 'ਤੇ ਨਾ ਜਾ ਕੇ ਇਹ ਦੇਖੋ ਵੀ ਆਜ ਪਾਰਟੀ 13 ਦੀ 13 ਸੀਟਾਂ ਦੇ ਉੱਪਰ ਜਾ ਕੇ ਤਿਆਰੀ ਕਰ ਰਹੀ ਹੈ ਉਸकी तरफ ध्यान ਦਿਓ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਗੱਬਰ ਸਿੰਘ ਦਾ ਰੂਪ ਧਾਰਨ ਕਰੀ ਬੈਠੇ ਨੇ ਕਿਸੇ ਨੂੰ ਬਸ ਵਾਲੇ ਕੇਸ ਦੀ ਧਮਕੀ ਦਿੰਦੇ ਨੇ ਕਿਸੇ ਨੂੰ ਬਿਸਕੁਟਾਂ ਦੀ ਧਮਕੀ ਦਿੰਦੇ ਨੇ ਕਹਿੰਦੇ ਇਹ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਦਾ। ਕਾਂਗਰਸ ਤੇ ਸਵਾਲ ਚੁੱਕਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ 'ਚ ਧਿਰ ਦੇ ਰੂਪ 'ਚ ਉਹਨਾਂ ਨੇ ਗੋਡੇ ਟੇਕ ਦਿੱਤੇ ਨੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਜੇਬ 'ਚ ਪਾ ਕੇ ਚੱਲ ਰਹੀ ਹੈ ਸੂਬੇ ਵਿੱਚ ਕ ਵਿਜੀਲੈਂਸ ਦੇ ਫੋਨ ਦਾ ਡਰ ਸਤਾਉਂਦਾ ਰਹਿੰਦਾ ਹੈ ਤੇ ਇਹ ਟਿੱਪਣੀਆਂ ਸੁਨੀਲ ਜਾਖੜ ਨੇ ਉਸ ਪਾਰਟੀ ਦੇ ਲਈ ਕੀਤੀਆਂ ਨੇ ਜੋ ਉਹਨਾਂ ਦੀ ਮਾਂ ਪਾਰਟੀ ਮੰਨੀ ਜਾਂਦੀ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬਤਾਈ। ਡੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਦਾ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਐ। ਕਾਂਗਰਸ ਦੇ ਅੰਦਰ ਇਸ ਕਿਸਮ ਦਾ ਪਰ ਇੱਕ ਗੱਲ ਐ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਭ। ਕਾਂਗਰਸ ਦੀ ਮਜਬੂਰੀ ਐ ਪੰਜਾਬ ਦੇ ਲੋਕ ਵੀ ਸਮਝੀ ਬੈਠੇ। ਮੈਂ ਭਗਵੰਤਬਾਹ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਪੋਲਿਟਿਸ਼ਨ ਦਾ ਕੇਸ ਨਾ ਦਰਜ ਹੋ ਜੇ ਜਿਹੜਾ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪ੍ਰੈਸ਼ਰ ਬਣ ਜੂਗਾ ਐ ਸੋ ਕਾਲਡ ਨਵੀਂ ਉੱਠਦੀ ਪਨੀਰੀ ਦੇ ਅੰਦਰ ਐਦਾ ਰਾਤ ਨੂੰ ਉੱਠ ਉੱਠ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਹੈ ਜੋਸ਼ੀ ਜੀ ਆ ਗੱਲ ਐ ਹੋ ਜੂਗੀ ਕਹਿੰਦਾ ਕੋਈ ਵੀ ਆਪੋਜੀਸ਼ਨ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਕਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗਬਰ ਸਿੰਘ ਦਾ ਰੂਪ ਬਣਾਈ ਬੈਠੇ ਸਾਡੇ ਲੀਡਰਾਂ ਨੂੰ ਡਰਾਈ ਜਾਂਦੇ ਆ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਚਾਕੇ ਬਾਕੇ ਗੱਲ ਕਰ ਤੇਰਾ ਮੈਂ ਬਸਦ ਵਾਲਾ ਕੇਸ ਖੋਲ ਦੂੰਗਾ ਕੋਈ ਅਬਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕੁਟ ਤੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਨਾ ਸ਼ੋਭਾ ਇਹਨਾਂ ਲੋਕਤੰਤਰ ਦੀ ਗੱਲ ਕਹਿਣ ਦੇ ਉਹਨਾਂ ਨੂੰ ਐਵੇਂ ਡਰ ਪੈ ਜੂਗਾ ਇਹਨਾਂ ਨੂੰ ਭਾਜਪਾ ਨੇ ਚੰਡੀਗੜ੍ਹ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਕੇ ਇੱਕ ਤਰੀਕੇ ਦੇ ਨਾਲ ਆਪਣੀ ਚੋਣ ਮੁਹਿੰਮ ਦਾ ਵੀ ਆਗਾਜ਼ ਕਰ ਦਿੱਤਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ 6 ਸੂਬਿਆਂ ਦੇ ਵਿੱਚ ਲੋਕ ਸਭਾ ਚੋਣਾਂ ਲੜੇਗੀ चोणा के लिए उन्होंने नारा भी दिता है संसद विच केजरीवाल दिल्ली रहेगी होर खुशहाल आज मैं अकेला लड़ रहा हूं इन लोगों से एल जी से अकेला लड़ रहा हूं बीजेपी वालों से अकेला लड़ रहा हूं इन सातों सांसदों से अकेला लड़ रहा हूं केंद्र सरकार से अकेला लड़ रहा हूं आप मेरे को बेटा मानते हो आपने मेरे को बेटा बोला है अगर आपने मेरे को बेटा बोला है तो अपने बेटे को अकेला तो नहीं छोड़ोगे इस तरह आज मैं आप लोगों से निवेदन कर रहा हूं अपील कर रहा हूं कि अपने बेटे को मजबूत करो आपने मेरे को सत्तर में से एक बार सड़सठ सीट दी मेरे को मजबूत किया दूसरी बात सत्तर में से बासठ सीट दी मेरे हाथ मजबूत किए विधानसभा के अंदर मैं बड़ा शुक्रगुजार हूं आज ये जो मैं इनसे लड़ पा रहा हूं थोड़ा बहुत ये इसी वजह से लड़ पा रहा हूं जो भी थोड़े बहुत काम कर पा रहा हूं इसी वजह से काम कर पा रहा हूं क्योंकि आपने इतना भारी बहुमत दिया था अगर आपने सत्तर में से चालीस सीट दी होती ये बीजेपी वाले सरकार तोड़ देते गिरा देते खरीद लेते डरा देते मेरे एमएलए को ये तो आपकी दुआ है आपकी कृपा है आपका आशीर्वाद है आपका प्यार है कि आपने सत्तर में से बासठ सीट दी इसी तरह से ਜਿਵੇਂ ਆਪਨੇ ਵਿਧਾਨ ਸਭਾ ਮੇਰੇ ਹੱਥ ਮਜ਼ਬੂਤ ਕੀਏ ਅਬ ਸੰਸਦ ਮੇਰੇ ਹੱਥ ਮਜ਼ਬੂਤ ਕਰ ਦੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਜ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਹੈ ਦਿੱਲੀ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਸਾਡੀ ਪਾਰਟੀ ਨੂੰ ਸ਼ਾਨਦਾਰ ਜਿੱਤ ਦੇ ਕੇ ਅਥਾਹ ਪਿਆਰ ਤੇ ਵਿਸ਼ਵਾਸ ਦਿਖਾਇਆ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦੇ ਹਾਂ ਨਫ਼ਰਤ ਦੇ ਵਿੱਚ ਨਹੀਂ ਤੁਸੀਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਸੱਤੇ ਸੀਟਾਂ ਜਿਤਾ ਕੇ ਮੋਦੀ ਸਰਕਾਰ ਨੂੰ ਕਰੜਾ ਜਵਾਬ ਦਿਓ ਤੋਂ ਇਸੇ ਲਈ ਆ ਦਿੱਲੀ ਵਾਲੋਂ ਸੇ ਮੈਂ ਇੱਕ ਰਿਕੁਐਸਟ ਕਰਤਾ ਹੂੰ ਬੇਨਤੀ ਕਰਤਾ ਹੂੰ के अरविंद केजरीवाल अकेले लड़ रहे अगर उनको यहां से सांसद साथ दे दोगे तो उनके साथ हाथ उनको और मिल जाएंगे पंजाब से तेरह जीरो हो रहा है तेरह पंजाब से आ रहे हैं कुरुक्षेत्र से आ रहे हैं असम में लड़ रहे हैं हम गुजरात में लड़ रहे हैं दस हमारे पहले राज्यसभा के हैं जब हमारी गिनती संसद में दोनों सदनों में तीस पैंतीस हो जाएगी चालीस हो जाएगी तो एक पॉलिटिकल पावर बनती है और जब वो तीस पैंतीस इकट्ठे होके संसद में अपने ਦਿੱਲੀ ਦੇ ਲੋਕਾਂ ਦੇ ਹੱਕਾਂ ਲਈ ਲੜਾਈ ਲੜेंगे किसी मां के लाल की हिम्मत नहीं है कि दिल्ली का कोई काम रुक जाए जब पंजाब का कोई पैसा रुक जाए दिल्ली ਦੇ ਵਿੱਚ ਆਵਾਦਵੀ ਪਾਰਟੀ ਤੇ ਕਾਂਗਰਸ ਗੱਠਜੋੜ ਦੇ ਵਿੱਚ ਯਾਨਕਿ ਮਿਲ ਕੇ 7 ਸੀਟਾਂ ਤੇ ਚੋਣਾਂ ਲੜ ਰਹੇ ਨੇ ਇਸ ਦੇ ਬਾਵਜੂਦ ਤਾਜ਼ਾ ਸਰਵੇ ਦੇ ਵਿੱਚ ਗੱਠਜੋੜ ਬਾਰੇ ਚੰਗੀ ਖਬਰ ਨਹੀਂ ਆਈ ਹੈ ਟੀਵੀ ਚੈਨਲ ਇੰਡੀਆ ਟੀਵੀ ਸੀਐਨਐਕਸ ਤੇ opinion poll ਦੇ ਵਿੱਚ ਗੱਠਜੋੜ ਦੇ ਬਾਵਜੂਦ 7 ਸੀਟਾਂ ਬੀਜੇਪੀ ਦੇ ਖਾਤੇ ਵਿੱਚ ਦਿਖਾਈਆਂ ਨੇ ਪਿਛਲੀ ਵਾਰ ਵਾਂਗ ਇਸ ਵਾਰ ਵੀ ਕਾਂਗਰਸ ਤੇ ਆਪ ਦਾ ਖਾਤਾ ਦਿੱਲੀ ਵਿੱਚ ਕਹਿੰਦੇ ਨਹੀਂ ਖੁੱਲ ਸਕਦਾ ਗਾ ਇਹ opinion poll ਕਹਿੰਦੇ ਨੇ ਉਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰੀ ਫੇਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਰਾਣਾ ਵੀਡੀਓ ਸਾਂਝਾ ਕਰਦੇ ਹੋਏ ਸਵਾਲ ਚੁੱਕੇ ਨੇ ਇਹ ਵੀਡੀਓ ਉਦੋਂ ਦਾ ਹੈ ਜਦੋਂ ਭਗਵੰਤ ਮਾਨ ਪੀਪੀਪੀ ਪਾਰਟੀ ਦੇ ਵਿੱਚ ਸਨ ਉਹਨਾਂ ਨੇ ਦਾਵਾ ਕੀਤਾ ਸੀ ਕਿ ਅਸੀਂ ਕਦੇ ਵੀ ਹੂਟਰ ਵਾਲੀਆਂ ਕਾਰਾਂ ਤੇ ਨਹੀਂ ਘੁੰਮਾਂਗੇ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਦੂਸਰੇ ਹਿੱਸੇ ਵਿੱਚ ਵੀਡੀਓ ਦੇ ਦੂਸਰੇ ਹਿੱਸੇ ਵਿੱਚ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਾ ਬਹੁਤ ਹੀ ਤਗੜੀ ਸੁਰੱਖਿਆ ਵਾਲੀ ਵੀਡੀਓ ਦਿਖਾਈ ਹੈ ਖੈਰਨ ਲਿਖਿਆ ਮੈਂ ਪਹਿਲਾਂ ਇਸ ਤੋਂ ਸ਼ਰਮਨਾਕ ਅਤੇ ਆਪਣੇ ਬਣਾਏ ਗਏ ਸਿਧਾਂਤ ਤੋੜਨ ਵਾਲਾ ਸ਼ਖਸ ਕਦੇ ਨਹੀਂ ਦੇਖਿਆ ਕਾਂਗਰਸ ਦੇ ਇੱਕ ਹੋਰ ਵਿਧਾਇਕ ਪ੍ਰਗਟ ਸਿੰਘ ਨੇ ਵੀ ਮੁੱਖ ਮੰਤਰੀ ਦੇ ਤਾਲੇ ਵਾਲੇ ਬਿਆਨ ਤੇ ਉਹਨਾਂ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਲਾ ਤਾਂ ਹਰਿਆਣਾ ਨੇ ਸਾਡੇ ਬਾਰਡਰਾਂ ਤੇ ਲਾ ਦਿੱਤਾ ਹੈ ਉੱਥੇ ਤਾਂ ਤੁਹਾਡੇ ਤੋਂ ਪਹੁੰਚਿਆ ਨਹੀਂ ਗਿਆ ਜਿੰਨੇ ਵੀ ਸ਼ਾਸਕ ਆਏ ਉਹਨਾਂ ਨੇ ਪੰਜਾਬੀਆਂ ਦੇ ਮੂੰਹ ਤੇ ਤਾਲੇ ਲਾਉਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਨਾ ਇਹ ਤਾਲੇ ਪਹਿਲਾਂ ਲੱਗੇ ਨਾ ਇਹ ਹੁਣ ਲੱਗਣੇ ਨੇ ਨਿੱਜੀ ਖੁੰਦਕ ਦੀ ਬਜਾਏ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰੀਏ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਛੇਤੀ ਮਿਲਾਂਗੇ ਐਮਰਜੈਂਸੀ ਬੁ